भारत की आजादी का इतिहास शहीदां दीयां कुर्बानियां नाल भरिया होया है। इतिहास की गवाही विच गुलामी दीयां जंजीरां गलों लाउण लई पंजाब दा गबरू करतार सिंह सराबा गोरी सरकार दीयां जड़ां पुट्टण लई लुधियाणे जिले दे पिंड सराबा विच जम्मिया। आजादी की लड़ाई नूं संगठित करन लई बाबा सोहण सिंह पकणा तो प्रेरणा लैके सरदार सराबा अमरीका तो वापस आउंदिया होया अपने साथियों नूं इउं प्रेरदा है। अंग्रेज फरंगी
ਬਾਡੀ ਨੂੰ ਮਜ਼ਬੂਤ ਕਰਨ ਵਾਸਤੇ ਹਥਿਆਰਾਂ ਦੀ ਲੋੜ ਤੇ ਹਥਿਆਰ ਖਰੀਦਣ ਵਾਸਤੇ ਪੈਸੇ ਦੀ ਜ਼ਰੂਰਤ। ਤੇ ਇੱਕ ਦਿਨ ਸਰਦਾਰ ਕਰਤਾਰ ਸਿੰਘ ਸਰਾਭਾ ਆਪਣੇ ਸਾਥੀਆਂ ਨੂੰ ਕਿਸੇ ਤਗੜੇ ਘਰ ਪੈਸੇ ਦੀ ਲੋੜ ਕਰਕੇ ਡਾਕਾ ਮਾਰਨ ਲਈ ਇਉਂ ਕਹਿੰਦਾ ਹੈ, ਪੈਸੇ ਬਿਨਾਂ ਨਹੀਂ ਮਜ਼ਬੂਤ ਸੱਜਣੋ, ਕਿਸੇ ਤਰ੍ਹਾਂ ਕੰਮ ਕਰੋ ਸੂਤ ਸੱਜਣੋ, ਸੂਰਮਾ ਕੋਲ ਪਰੇ ਹਥਿਆਰਣਾ, ਸਾਨੇਵਾਲ ਜਾ ਕੇ ਅੱਜ ਡਾਕਾ ਮਾਰਨਾ, ਸਾਨੇਵਾਲ ਜਾ ਕੇ ਅੱਜ ਡਾਕਾ ਮਾਰਨਾ, ਸਾਨੇਵਾਲ ਜਾ ਕੇ ਅੱਜ ਡਾਕਾ ਮਾਰਨਾ।
रंडी सेठानी जेदी लड़की दे व्याह च कुछ दिन बाकी सन देकर डाका मारन गई शराबे दी पार्टी दी चुप सेठानी दे एक कहन ते टूट गई के तू इनकलाबी होके डाके क्यों मारदा है। अगू शराबे ने यूं जवाब दिता पेंड पेंड मार के डाके नाम अम्मीए व्योणे काके देना दे
ਸਰਦਾਰ ਸਰਾਬੇ ਦੀ ਐਨੀ ਗੱਲ ਸੁਣ ਕੇ ਸੇਠਾਣੇ ਦੀਆਂ ਰਗਾਂ ਵਿੱਚ ਅਣਖ ਦੇ ਖੂਨ ਨੇ ਉਬਾਲਾ ਖਾਦਾ ਤੇ ਬੋਲੀ ਸੁਣ ਬੱਚਿਆ ਸਰਾਬੇ ਪੈਸੇ ਜਿੰਨੇ ਗਏ ਸਾਡੇ ਕੰਮ ਆਉਣਗੇ ਕਾਕਾ ਜੀ ਤੁਹਾਡੇ ਬਾਕੀ ਲੈ ਜਾ ਪੰਡ ਬੰਨ ਕੇ ਨਿਕੜੀ ਉਮਰੇ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਆਪਣੇ ਵਤਨ ਵਾਸੀਆਂ ਲਈ ਇਹ ਆਖਰੀ ਸੰਦੇਸ਼ ਦਿੱਤਾ।
ਸਾਡੀ ਇਹਨਾਂ ਦੀ ਤੇਜ ਰਫਤਾਰ ਹੋਵੇ ਹੱਥੀ ਜਿੰਨਾ ਦੇ ਗਜ਼ਲ ਅਖਬਾਰ ਹੋਵੇ ਜਾਜਕ ਝੂਲੇ ਨਿਸ਼ਾਨ ਹਮਾਲੀਆ ਤੇ ਕਦਰੀ ਜੋਧਿਆਂ ਦੀ ਆਪ ਸਰਕਾਰ ਹੋਵੇ।